ਭਾਰਤ ਵਿੱਚ ਲੌਕਡਾਊਨ ਕਰਕੇ ਕਈ ਵਿਦੇਸ਼ੀ ਨਾਗਰਿਕ ਅਤੇ ਗੈਰ ਪ੍ਰਵਾਸੀ ਭਾਰਤੀ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਫਸੇ ਹੋਏ ਸਨ। ਇਹਨਾਂ ਲੋਕਾਂ ਵਾਸਤੇ ਅੱਜ ਇੱਕ ਰਾਹਤ ਭਰੀ ਖਬਰ ਆਈ ਹੈ। ਅਮਰੀਕਾ ਅਤੇ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਲਿਜਾਣ ਦੀ ਪ੍ਰਕਿਰਿਆ ਆਰੰਭੀ ਗਈ, ਜਿਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 2 ਕੌਮਾਂਤਰੀ ਉਡਾਨਾਂ ਰਾਹੀਂ 300 ਯਾਤਰੀ ਰਵਾਨਾ ਹੋ ਰਹੇ ਨੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਮੁਤਾਬਿਕ ਭਾਰਤ ਸਰਕਾਰ ਦੇ ਸਹਿਯੋਗ ਨਾਲ ਦਿੱਲੀ ਸਥਿਤ ਕੈਨੇਡਾ ਅਤੇ ਅਮਰੀਕੀ ਦੂਤਾਵਾਸ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਮਰੀਕਾ ਦੇ 96 ਮੁਸਾਫਿਰ ਏਅਰ ਇੰਡੀਆ ਦੀ ਉਡਾਨ ਰਾਹੀਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਅੰਮ੍ਰਿਤਸਰ ਤੋਂ ਰਵਾਨਾ ਕੀਤੇ ਜਾਣਗੇ, ਜਿੱਥੋਂ ਉਹਨਾਂ ਨੂੰ ਚਾਰਟਰਡ ਫਲਾਈਟ ਰਾਹੀਂ ਸੈਨ ਫਰਾਂਸਿਸਕੋ ਲਿਜਾਇਆ ਜਾਵੇਗਾ। ਉਸ ਤੋਂ ਬਾਅਦ ਅੱਜ ਰਾਤ 11:30 ਵਜੇ ਏਅਰ ਇੰਡੀਆ ਦੀ ਦੂਜੀ ਉਡਾਨ 204 ਯਾਤਰੀਆਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਵੇਗੀ। ਇਹ ਯਾਤਰੀ ਦਿੱਲੀ ਤੋਂ ਵਾਇਆ ਬਰਮਿੰਗਮ ਟੋਰਾਂਟੋ ਪਹੁੰਚਣਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ 9 ਅਪ੍ਰੈਲ ਨੂੰ ਵੀ ਵਿਸ਼ੇਸ਼ ਉਡਾਨਾਂ ਰਾਹੀਂ ਅਮਰੀਕਾ ਅਤੇ ਕੈਨੇਡਾ ਲਈ ਹੋਰ ਯਾਤਰੀ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਰੇ ਉਹ ਲੋਕ ਨੇ ਜੋ ਪਿਛਲੇ ਸਮੇਂ ਦੌਰਾਨ ਪੰਜਾਬ 'ਚ ਪਰਿਵਾਰਕ ਸਮਾਗਮਾਂ 'ਚ ਸ਼ਿਰਕਤ ਕਰਨ ਜਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ, ਪਰ ਲੌਕਡਾਊਨ ਕਾਰਨ ਇੱਥੇ ਫਸ ਗਏ ਸਨ। ਇਹਨਾਂ ਸਾਰਿਆਂ ਨੇ 14 ਦਿਨ ਦਾ ਇਕਾਂਤਵਾਸ ਕੱਟਿਆ ਅਤੇ ਅੱਜ ਏਅਰਪੋਰਟ 'ਤੇ ਵੀ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਮੁਕੰਮਲ ਜਾਂਚ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਗਲੈਂਡ ਸਰਕਾਰ ਵੱਲੋਂ ਵੀ ਭਾਰਤ 'ਚ ਫਸੇ 4,000 ਲੋਕਾਂ ਨੂੰ ਲਿਜਾਣ ਦੀ ਪ੍ਰਕਿਰਿਆ ਆਰੰਭੀ ਜਾਵੇਗੀ। ਕੈਨੇਡੀਅਨ ਅੰਬੈਸੀ ਨੇ ਆਰਗੇਨਾਈਜ਼ ਕਰਾਈਆਂ ਹੈਗੀਆਂ, ਜਿਹੜੇ ਕਿ ਕੈਨੇਡਾ ਦੇ ਸਿਟੀਜ਼ਨਸ ਔਰ ਅਮੈਰੀਕਾ ਦੇ ਸਿਟੀਜ਼ਨਸ ਇੱਥੇ ਆਏ ਹੋਏ ਸੀਗੇ। ਮੋਸਟ ਜਿਹੜੇ ਹੈਗੇ ਆ ਮੋਸਟਲੀ ਸਾਰੇ ਭਾਰਤੀ ਮੂਲ ਦੇ ਹੈਗੇ ਆ, ਜਿਹੜੇ ਸਾਡੇ ਬੰਦੇ ਉੱਥੇ ਸੈਟਲਡ ਹੈਗੇ ਆ, ਜਾਂ ਤਾਂ ਉੱਥੋਂ ਦੇ ਸਿਟੀਜ਼ਨਸ਼ਿਪ ਉਹਨਾਂ ਨੇ ਲਈ ਹੋਈ ਹੈ, ਜਾਂ ਉਹਨਾਂ ਕੋਲ ਗ੍ਰੀਨ ਕਾਰਡ ਹੈਗੇ ਅਮੈਰੀਕਾ ਦੇ ਜਾਂ ਪੀਆਰ ਕਾਰਡ ਹੈਗੇ ਆ ਕੈਨੇਡਾ ਦੇ। ਇਸ ਦੇ ਨਾਲ ਹੀ ਪਰਸੋਂ ਇੱਕ ਹੋਰ ਫਲਾਈਟ ਸ਼ਡਿਊਲ ਹੈਗੀ ਆ, ਉਹ ਵੀ ਇੱਥੋਂ ਜਾਏਗੀ। ਕੁਛ ਉਹ ਕਿਹੜੀ ਕੰਟਰੀ ਦੀ? ਉਹ ਵੀ ਕੈਨੇਡਾ ਦੀ ਹੋਊਗੀ। ਜੋ ਕੈਨੇਡੀਅਨ ਹੈਗੀ ਉਹ ਇੱਥੋਂ ਲੰਡਨ ਜਾਏਗੀ, ਲੰਡਨ ਤੋਂ ਅੱਗੇ ਕੈਨੇਡਾ 'ਚ। ਸੋ ਇਹ ਕੁਛ ਹੋਰ ਕੰਟਰੀਜ਼ਾਂ ਵੈਸੀਜ਼ ਹੈਗੀਆਂ ਜੀ, ਉਹ ਵੀ ਕੁਛ ਟਾਈ ਅਪ ਕਰ ਰਹੀਆਂ ਹੈਗੀਆਂ, ਲੇਕਿਨ ਫਿਲਹਾਲ ਜਿਹੜੀਆਂ ਅਗਲੇ ਅੱਜ ਔਰ ਪਰਸੋਂ ਤੱਕ ਇਹ 3 ਫਲਾਈਟ ਇੱਥੋਂ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ਡਿਊਲ ਹੈਗੀਆਂ। ਮੈਨੂੰ ਪਤਾ ਚੱਲਿਆ ਵੀ ਫਲਾਈਟ ਜਾਣੀ ਹੈ ਅਤੇ ਮੈਂ ਅੱਜ ਪਤਾ ਕਰਨ ਆਇਆ ਇੱਥੋਂ, ਮੈਂ ਇੱਥੇ ਤਿਆਰ ਹੋ ਕੇ ਆਇਆ ਅਤੇ ਇਹਨਾਂ ਨੇ ਮੈਨੂੰ ਮੁਲਾਜ਼ਮਾਂ ਨੇ ਦੱਸਿਆ ਵੀ ਤੁਹਾਡਾ ਨਾਂ ਨਹੀਂ ਹੈਗਾ ਵਿੱਚ। ਮੈਂ ਇੱਥੇ ਆਇਆ ਫਰਵਰੀ 'ਚ, ਸ਼ੁਰੂ ਫਰਵਰੀ, ਮੈਂ ਉੱਥੇ ਜਾਣਾ 31 ਮਾਰਚ ਨੂੰ। ਲੌਕਡਾਊਨ ਕਰਕੇ ਲੇਟ ਹੋ ਗਿਆ, ਘਰ 'ਚ ਰਹਿਣਾ ਸੀ, ਹੋਰ ਕਾਹਦੀ ਮੁਸ਼ਕਿਲ ਆਉਣੀ, ਬਾਕੀ ਠੀਕ ਸੀ। ਮੈਂ ਅਮਰੀਕਾ ਕੈਲੀਫੋਰਨੀਆ ਮੈਂ ਜਾ ਰਹੀ ਹਾਂ। ਮੈਂ ਜਨਵਰੀ 8 ਕੋ ਆਈ ਥੀ, ਮੇਰਾ ਵੀਜ਼ਾ 10 ਸਾਲ ਦਾ ਹੈ, 23 ਕੋ ਜਾਣਾ ਥਾ ਮਾਰਚ ਕੋ। ਕੋਈ ਖਾਸ ਨਹੀਂ, ਆਪਣਾ ਘਰ ਹੈ, ਵਹਾਂ ਘਰ ਮੇਂ ਰਹਿਤੀ ਥੀ, ਕੋਈ ਐਸੀ ਬਾਤ ਨਹੀਂ।